ਤੁਸੀਂ ਸਾਰੇ ਹੀ ਬਹੁਤ ਪੁਰਾਣੇ ਪੰਜਾਬ ਨੂੰ ਜਾਣਦੇ ਹੋ ਅਤੇ ਇਹ ਸਾਰੀਆਂ ਚੀਜ਼ਾਂ ਨੂੰ ਜਾਣਦੇ ਹੋ। ਜਦੋਂ ਦੋ ਪਾਸੇ ਉਲਝਾਅ ਪਾ ਲਿਆ, ਇੱਕ ਪਾਸੇ ਤਾਂ ਸਾਰੀ ਮਸ਼ੀਨਰੀ ਆ ਜਿਹੜੀ ਉਹ ਇਲੈਕਸ਼ਨਾਂ ਦੇ ਵਿੱਚ, ਇਲੈਕਸ਼ਨਾਂ ਤੋਂ ਐਨ ਵਿੱਚ ਉੱਧਰ ਸਾਡੀ ਕਟਾਈ ਦਾ ਕੰਮ ਆ ਜਿਹੜਾ ਉਹ ਸ਼ੁਰੂ ਹੋ ਗਿਆ। ਤੁਸੀਂ ਇਹ ਦੇਖੋ ਵੀ ਕਿੱਧਰਲੇ ਪਾਸੇ ਜਿਹੜੀ ਸਰਕਾਰ, ਪੰਜਾਬ ਸਰਕਾਰ ਦੀ ਮਸ਼ੀਨਰੀ ਆ ਉਹ ਦੋ ਹਿੱਸਿਆਂ 'ਚ ਬਿਲਕੁਲ ਵੰਡ ਗਈ ਅਤੇ ਕਿਵੇਂ ਕੰਮ ਚੱਲੂਗਾ? ਸਾਰਾ ਪੰਜਾਬ ਤਾਂ ਜਿਹੜਾ ਕੰਮ ਚੱਲਦਾ ਹੀ ਦੋ ਫਸਲਾਂ 'ਤੇ ਆ ਭਾਈ, ਝੋਨੇ 'ਤੇ ਅਤੇ ਕਣਕ 'ਤੇ, ਅਤੇ ਉਹਦੇ ਵਿੱਚ ਅਸੀਂ ਆਹ ਇਲੈਕਸ਼ਨਾਂ ਦਾ ਜਿਹੜਾ ਵਿੱਚ ਜੰਗ ਛੇੜੀ ਹੋਈ ਆ, ਅਤੇ ਇਸ ਕਰਕੇ ਇਹ ਬਿਲਕੁਲ ਕੰਮ ਜਿਹੜਾ ਡਿਸਟਰਬ ਹੋਇਆ ਪਿਆ ਏ। ਉਦੋਂ ਬਾਅਦ ਤੁਹਾਡੇ ਹਰ ਵਰਗ, ਚਾਹੇ ਆੜ੍ਹਤੀ ਏ, ਚਾਹੇ ਲੇਬਰ ਵਾਲੇ ਆ, ਚਾਹੇ ਕਿਸਾਨ ਨੇ, ਸਾਰੇ ਤਾਂ ਹੜਤਾਲਾਂ 'ਤੇ ਬੈਠੇ ਆ। ਅਤੇ ਜਿਹੜਾ ਸੈਂਟਰ ਦਾ ਜ਼ਿੰਮੇਵਾਰੀ ਸੀ ਉਹਨੇ ਆਪਣਾ ਤਕਰੀਬਨ 44,000 ਕਰੋੜ ਰੁਪਈਆ ਆਹ 10 ਦਿਨ ਤੋਂ ਪਹਿਲਾਂ ਏ ਉਹ ਭੇਜ ਕੇ ਬੈਂਕਾਂ ਨੇ ਪੰਜਾਬ ਦੇ ਵੱਖ ਵੱਖ ਏਜੰਸੀਆਂ ਜਿਹੜੀਆਂ ਖਰੀਦ ਏਜੰਸੀਆਂ ਉਹਨਾਂ ਦੇ ਕੋਲ ਸਭ ਪੈਸਾ ਉਹ ਪਹੁੰਚ ਚੁੱਕਿਆ। ਹੁਣ ਬਾਕੀ ਪ੍ਰਬੰਧ ਜਿਹੜੇ ਕਰਨੇ ਆ ਉਹ ਜਦੋਂ ਮੀਟਿੰਗਾਂ ਹੀ ਤੁਸੀਂ ਜਿੱਦਣ ਕਹੋਗੇ ਵੀ ਕੱਲ੍ਹ ਖਰੀਦ ਸ਼ੁਰੂ ਆ ਤਾਂ ਉਦੋਂ ਸ਼ਾਮ ਨੂੰ ਤੁਸੀਂ ਮੀਟਿੰਗਾਂ 'ਚ ਕਰ ਰਹੇ ਹਾਂ। ਇਸ ਕਰਕੇ ਬਿਲਕੁਲ ਪੰਜਾਬ ਸਰਕਾਰ ਜਿਹੜੀ ਆ ਉਹ ਨਾਕਾਮ ਹੋ ਗਈ ਆ, ਇਹਨਾਂ ਦਾ ਸਿਸਟਮ ਨਾਕਾਮ ਹੋ ਗਿਆ ਕਿਉਂਕਿ ਦੋਨੋਂ ਪਾਸੇ ਵੰਡ ਪਈ ਪਈ ਆ। ਨੁਕਸਾਨ ਕਿਸੇ ਦਾ ਨਹੀਂ ਹੋਣਾ, ਨੁਕਸਾਨ ਇਕੱਲੇ ਕਿਸਾਨ ਦਾ ਹੋਣਾ। ਅਖੀਰ ਕਿਸਾਨ ਨੂੰ ਇਹੀ ਇਹ ਪਹਿਲਾਂ ਇਹ ਡਰਾਮੇ ਕਰਨਗੇ ਸਾਰੇ, ਅਖੀਰ ਕਿਸਾਨ ਨੂੰ ਇਹ ਕਹਿਣਗੇ ਕਿਉਂਕਿ ਸੈਂਟਰ ਸਰਕਾਰ ਨੇ ਤਾਂ ਪੈਸਾ ਉਹ ਰੇਟ ਦੇ ਹਿਸਾਬ ਨਾਲ ਭੇਜਤਾ, ਹੁਣ ਇਹ ਕੀ ਕਰਨਗੇ? ਵੱਖ ਵੱਖ ਏਜੰਸੀਆਂ ਇਹਨਾਂ ਦੇ ਥੱਲੇ ਆਫੀਸਰ ਇੰਸਪੈਕਟਰ ਹੋਰ ਥੱਲੇ ਉਹ ਕਹਿਣਗੇ ਜੀ ਇੰਨੀ ਅਸੀਂ ਤੁਹਾਡੀ ਕਾਟ ਲਾ ਦਿੰਦੇ ਹਾਂ। ਆ ਦੇਖ ਲਿਓ ਸਾਰੀ ਇੱਕ ਇੱਕ ਦਾਣਾ ਹੈ ਜਿਹੜਾ ਉਹ ਸੈਂਟਰ ਦੇ ਪੈਸਾ ਤਾਂ ਜਿਹੜਾ ਹੈ ਉਹ ਆ ਗਿਆ, ਉਹ ਖਰੀਦਿਆ ਵੀ ਜਾਣਾ, ਪਰ ਕਿਸਾਨ ਤੇ ਇਹ ਸਭ ਨੇ ਕਾਟ ਲਾਉਣੀ ਆ, ਉਹਨਾਂ ਦਾ ਜਿਹੜਾ ਇਹ ਨੁਕਸਾਨ ਇਹਨਾਂ ਨੇ ਕਰਨਾ ਹੀ ਕਰਨਾ। ਇਹ ਸਾਰਾ ਡਰਾਮਾ ਤਾਣਾ ਬੁਣਾ ਜਿਹੜਾ ਬਣਿਆ ਹੋਇਆ ਇਹ ਕਿਸਾਨ ਆਮ ਆਦਮੀ ਨੂੰ ਤੰਗ ਕਰਨ ਲਈ, ਉਹਦਾ ਜਿਹੜਾ MSP ਦਾ ਰੇਟ ਆ ਉਹਦੇ ਵਿੱਚ ਕਾਟ ਲਾ ਕੇ ਉਹਨਾਂ ਤੋਂ ਪੈਸੇ ਲੈਣ ਦੀ ਇਹ ਅਲੱਗ ਅਲੱਗ ਜਿਹੜਾ ਵਰਕ ਆ ਉਹ ਕਰ ਰਿਹਾ। ਇਦੋਂ ਬਾਅਦ ਹੋਰ ਕੋਈ ਗੱਲ ਨਹੀਂ ਗੀ, ਇਹ ਪਹਿਲਾਂ ਦਿਨ 4 ਦਿਨ 5 ਦਿਨ ਇਹ ਐਸਾ ਕੁਛ ਕਰਦੇ ਨੇ। ਇਸ ਵਾਰ ਜ਼ਿਆਦਾ ਕਿਉਂ ਆ, ਵਿੱਚ ਇਲੈਕਸ਼ਨਾਂ ਏ, ਉੱਧਰ ਸਾਰੀ ਸਰਕਾਰ ਲੱਗੀ ਹੋਈ ਆ ਅਤੇ ਦੂਜੇ ਪਾਸੇ ਸੀਜ਼ਨ ਆ ਗਿਆ ਅਤੇ ਇਹ ਸਾਂਭਣ ਤੋਂ ਇਹਨਾਂ ਤੋਂ ਬਾਹਰ ਹੋ ਗਿਆ। ਇਹਨਾਂ ਦਾ ਕੋਈ ਕੰਟਰੋਲ ਆ ਇਸ ਵੇਲੇ ਵੈਸੇ ਵੀ ਹੈ ਨਹੀਂ ਗਾ ਕਿਉਂਕਿ ਜਿਹੜੀ ਸਰਕਾਰ ਆ ਉਹ ਵੀ ਸਥਿਰ ਨਹੀਂ ਗੀ, ਜਿਵੇਂ ਤੁਹਾਨੂੰ ਪਤਾ ਦੇਖ ਰਿਹਾ ਰੋਜ਼ ਕਦੇ ਰੋਜ਼ ਮੰਤਰੀ ਬਦਲੇ ਜਾ ਰਹੇ ਆ, ਰੋਜ਼ ਅਫਸਰ ਬਦਲੇ ਜਾ ਰਹੇ ਆ। ਹੁਣ ਤਾਂ ਕਹਿ ਰਹੇ ਜਾ ਤੁਸੀਂ ਦੇਖਿਆ CM ਹਾਊਸ ਨੂੰ ਵੀ ਪਏ ਹੋਏ। ਮੈਂ ਸਾਰੇ ਹੀ ਭਰਾਵਾਂ ਨੂੰ ਕਹਿਣਾ ਚਾਹੁੰਦਾ, ਦੇਖੋ ਆਮ ਆਦਮੀ ਅਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਅਤੇ ਕਾਂਗਰਸ, ਇਹ ਦਿੱਲੀ ਦੇ ਵਿੱਚ ਇਹ ਇੱਕ ਨੇ, ਇੰਡੀ ਅਲਾਇੰਸ ਆ, ਇੱਥੇ ਰਾਹੁਲ ਗਾਂਧੀ ਅਤੇ ਕੇਜਰੀਵਾਲ ਇੱਕ ਆ। ਉੱਥੇ ਕੀ ਹੋ ਰਿਹਾ, ਆਹ ਜਿਹੜੀ ਕਾਂਗਰਸ ਪਾਰਟੀ ਆ, ਮੈਂ ਸੁਣ ਰਿਹਾ ਸੀ ਇਹ ਕਾਂਗਰਸ ਪਾਰਟੀ ਦੇ ਪ੍ਰਧਾਨ ਬੋਲ ਰਹੇ ਸੀ, ਹੋਰ ਆਗੂ ਬੋਲ ਰਹੇ ਸੀ, ਓਹੋ ਐਡਾ ਯਾਰ ਤੁਸੀਂ ਦੇਖੋ ਤਾਂ ਸਹੀ। ਕਾਂਗਰਸ ਪਾਰਟੀ ਦੇ ਵਰਕਰ ਵੀ, ਮੇਰੀ ਬੇਨਤੀ ਹੈ ਸਮਝੋ ਇਹਨਾਂ ਨੂੰ, ਤੁਹਾਡੇ ਬਾਰੇ ਤੁਹਾਡੇ 'ਤੇ ਪਰਚੇ, ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ 'ਤੇ ਆਰੋਪ, ਉਹ ਕਹਿੰਦੇ ਜੀ ਸਾਡੇ ਭੰਨ 'ਤੇ ਇੱਟਾਂ ਪੱਥਰ ਮਾਰ ਕੇ ਸਾਡੇ ਫੈਰ ਹੋ ਗਏ, ਕਾਂਗਰਸ ਵਾਲੇ ਕਹਿ ਰਹੇ ਆ, ਉੱਤੋਂ ਰਲੇ ਹੋਏ ਆ। ਮੇਰੇ ਭਰਾਵੋ ਕਾਂਗਰਸੀ ਵੀਰੋ, ਇੰਨਾ ਹੀ ਦੇਖ ਲਓ, ਆਮ ਆਦਮੀ ਵਾਲਿਓ ਇੰਨਾ ਹੀ ਦੇਖ ਲਓ, ਤੁਹਾਨੂੰ ਬੂਥ ਬੂਥ 'ਤੇ ਪਿੰਡ ਪਿੰਡ ਲੜਾਉਂਦੀ ਆ ਕਾਂਗਰਸ ਅਤੇ ਆਮ ਆਦਮੀ। ਇਹ ਡਰਾਮਾ ਜਿਹੜਾ ਮੈਂ TV 'ਚ ਦੇਖ ਰਿਹਾ ਹੋ ਰਿਹਾ, ਅਤੇ ਲੀਡਰ ਬਿਆਨ ਦਾਗ ਰਹੇ ਆ। ਇਹਨਾਂ ਨੂੰ ਇਹ ਪੁੱਛੋ
ਮੈਂ ਪੁੱਛਣਾ ਚਾਹੁੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਤੇ ਕਾਂਗਰਸ ਦੇ ਵਰਕਰਾਂ ਨੂੰ, ਤੁਹਾਡੇ 'ਤੇ ਕਾਰਵਾਈਆਂ, ਤੁਹਾਡੇ 'ਤੇ ਤੂਹਮਤਾਂ। ਅਤੇ ਜੇ ਇਹ ਚੀਜ਼ ਸੱਚ ਆ ਜਿਹੜੀ ਇਹ ਲੜਾਈ ਦਿਖਾ ਰਹੇ ਆ, ਜਿਹੜੀ ਕਿ ਵਰਕਰ ਵਿਚਾਰੇ ਨੂੰ ਜਿਹੜਾ ਵੋਟਰ ਆ, ਨਾਗਰਿਕ ਆ, ਉਹਦੇ ਨਾਲ ਇਹ ਧੱਕਾ ਹਰ ਜਗ੍ਹਾ ਹੋ ਰਿਹਾ। ਪਰ ਜਿਹੜੇ ਵਿਧਾਨ ਸਭਾ 'ਚ ਚੀਫ ਮਿਨਿਸਟਰ ਸਾਹਿਬ ਅਤੇ ਤੁਹਾਡੇ ਮੰਤਰੀ, ਤੁਸੀਂ ਰਾਜਾ ਬੜਿੰਗ ਨੂੰ ਜਿਹੜਾ ਪ੍ਰਧਾਨ ਆ ਉਹਨੂੰ ਕਹਿੰਦੇ ਸੀ ਵੀ ਕੋਈ ਗੱਲ ਨਹੀਂ, ਕੱਲ੍ਹ ਨੂੰ ਮੇਰੇ ਕੋਲ ਹੀ ਆਉਣਾ ਜਦੋਂ ਮੈਂ ਇਨਕੁਆਇਰੀ ਖੁੱਲ੍ਹੀ। ਜਦੋਂ ਇਹ ਗੱਲਾਂ ਆਈਆਂ ਵੀ ਟੋਪੀ ਪਾ ਕੇ ਅੰਦਰੋਂ ਮਿਲ ਕੇ ਆਉਂਦੇ ਨੇ, ਇਹੀ ਸੁਖਜਿੰਦਰ ਰੰਧਾਵਾ ਜਿਹੜਾ ਬੋਲ ਰਹੇ ਆ, ਜਿਨ੍ਹਾਂ ਨੂੰ ਮੈਂ ਬਗਲੋਲ ਕਹਿੰਦਾ, ਉਹਨਾਂ ਦੀ ਜ਼ਮੀਨ ਇਹੀ ਚੀਫ ਮਿਨਿਸਟਰ ਸਾਹਿਬ, ਇਹੀ ਇਹਨਾਂ ਦੀ ਸਰਕਾਰ ਕਹਿੰਦੀ ਸੀ ਵੀ ਚੰਡੀਗੜ੍ਹ ਦੇ ਕੋਲ, ਨਵੇਂ ਚੰਡੀਗੜ੍ਹ 'ਚ ਇਹਨਾਂ ਦੀਆਂ ਜ਼ਮੀਨਾਂ ਪਈਆਂ ਹੈ। ਇਹੀ ਇਹਨਾਂ ਦੇ ਅੱਧੇ ਮੰਤਰੀ ਹੋਰ ਅਤੇ ਇਹਨਾਂ ਦੇ ਬੜੇ ਲੀਡਰ ਜਿਨ੍ਹਾਂ 'ਤੇ ਵਿਜੀਲੈਂਸ ਦੇ ਵਿੱਚ ਕੇਸ ਚੱਲ ਰਹੇ ਆ ਜਾਂ ਜਿਨ੍ਹਾਂ 'ਤੇ ਆਰੋਪ ਲਾਏ ਸੀ। ਅਤੇ ਭਾਈ ਸਾਹਿਬ, ਆਮ ਆਦਮੀ ਪਾਰਟੀ ਜਿਨ੍ਹਾਂ ਦੀ ਸਰਕਾਰ ਆ ਅਤੇ ਇਹ ਪ੍ਰਧਾਨ ਤੋਂ ਲੈ ਕੇ, ਜਨਰਲ ਸੈਕਟਰੀ ਤੋਂ ਲੈ ਕੇ ਇਹਨਾਂ ਦੇ MLA-ਆਂ ਤੱਕ, ਜਿਹੜੇ ਤੁਸੀਂ ਫਲੋਰ ਹਾਊਸ 'ਤੇ, ਔਨ ਦੀ ਫਲੋਰ ਆਫ ਹਾਊਸ ਤੁਸੀਂ ਇਹ ਮੀਡੀਆ 'ਚ ਕੱਢ ਲਿਓ ਤੁਸੀਂ ਆਪ ਹੀ। ਅਤੇ ਸਾਰੀਆਂ ਚੀਜ਼ਾਂ ਇਹਨਾਂ ਬਾਰੇ ਪਹਿਲਾਂ ਇਹ ਬੋਲਦੇ ਸੀਗੇ ਜਦੋਂ ਇਲੈਕਸ਼ਨਾਂ ਤੋਂ ਪਹਿਲਾਂ, ਬਾਅਦ 'ਚ ਵੀ ਬੱਸਾਂ ਦੀਆਂ ਬੋਡੀਆਂ ਤੋਂ ਲੈ ਕੇ ਹੋਰ ਸਾਰੀਆਂ ਚੀਜ਼ਾਂ, ਉਹ ਕਿੱਥੇ ਨੇ, ਮਿਲੇ ਨਹੀਂ ਹੋਏ ਇਹ। ਇਸ ਕਰਕੇ ਕਾਂਗਰਸ ਪਾਰਟੀ ਦੇ ਵਰਕਰ, ਆਮ ਆਦਮੀ ਪਾਰਟੀ ਦੇ, ਉਹ ਤਾਂ ਸਾਰੇ ਹੀ ਲੋਕ ਨੇ, ਇਹ ਦਿਖਾਵਾ ਕਰ ਰਹੇ ਆ, ਤੁਹਾਨੂੰ ਕਟਵਾ ਰਹੇ ਆ, ਤੁਹਾਨੂੰ ਪਰਚੇ ਦਰਜ ਤੁਹਾਡੇ 'ਤੇ ਕਰਵਾ ਰਹੇ ਆ, FIR-ਾਂ ਦਰਜ ਕਰਾ ਰਹੇ ਆ, ਤੁਹਾਡੀਆਂ ਦੁਸ਼ਮਣੀਆਂ ਪਵਾ ਰਹੇ ਆ। ਪਰ ਇਹ ਸਭ ਰਲੇ ਹੋਏ ਨੇ, ਇਹ ਜਿਹੜੇ ਬਿਆਨ ਦਿੰਦੇ ਆ ਨਾ ਵੀ ਅਸੀਂ ਜਦ ਸਾਡੀ ਵਾਰੀ ਆ ਗਈ ਅਸੀਂ ਐਂ ਕਰ ਦਾਂਗੇ, ਅਸੀਂ ਵੋ ਕਰ ਦਾਂਗੇ, ਇਹ ਸਿਰਫ ਤੁਹਾਨੂੰ ਗੁੰਮਰਾਹ ਕਰ ਰਹੇ ਆ, ਸਿਰਫ ਤੁਹਾਨੂੰ ਹੋਰ ਕਾਇਮ ਕਰ ਰਿਹਾ ਵੀ ਕੋਈ ਗੱਲ ਨਹੀਂ, ਲੜੋ ਭਿੜੋ, ਪਿੱਛੇ ਨਾ ਹਟਿਓ। ਦੇਖੋ ਅੱਜ ਮੈਨੂੰ, ਦੇਖੋ ਰੱਬ ਪਰਮਾਤਮਾ ਬਹੁਤ ਹੈ ਹੀ ਸਭ ਕੁਛ, ਉਹ ਖੈਰ ਉਹਨਾਂ ਬਗੈਰ ਤਾਂ, ਪਰ ਉਹ ਬੜਾ ਛੇਤੀ ਜਿਹੜਾ ਹੈ ਉਹ ਪ੍ਰਤੱਖ ਦਿਖਾ ਦਿੰਦੇ ਆ। ਮੈਨੂੰ ਯਾਦ ਆ ਆਹੀ 3 ਮਹੀਨੇ ਪਹਿਲਾਂ ਮੈਂ ਲੁਧਿਆਣੇ ਇਲੈਕਸ਼ਨਾਂ ਦੇ ਵਿੱਚ ਇਹੀ ਕੇਜਰੀਵਾਲ, ਇਹੀ ਰਾਘਵ ਚੱਡਾ, ਇਹਨਾਂ ਦੇ ਹੁਕਮਾਂ 'ਤੇ ਮੈਂ ਜਦੋਂ ਇਲੈਕਸ਼ਨ ਨੋਮੀਨੇਸ਼ਨ ਭਰਨ ਤੋਂ ਇੱਕ ਦਿਨ ਨਹੀਂ, 11 ਵਜੇ ਰਾਤ ਨੂੰ, ਸਵੇਰੇ 10 ਵਜੇ ਮੈਂ ਕਾਗਜ਼ ਭਰਨੇ ਆ। ਮੈਨੂੰ ਇਹ ਖਾਸ ਤੌਰ 'ਤੇ, ਮੇਰੇ ਕੋਲ 2 ਕਮਰਿਆਂ ਦਾ ਘਰ ਸੀ ਇੱਕ, ਜਿਹੜਾ ਸਿਕਿਉਰਿਟੀ ਰੀਜ਼ਨ ਕਰਕੇ, ਉਹਦੇ ਕਰਕੇ ਮੈਨੂੰ ਮਿਲਿਆ ਹੋਇਆ ਸੀ ਜਿੱਥੇ ਮੈਂ ਰਹਿ ਰਿਹਾ ਸੀ। ਹੁਣ ਇੱਕ ਦਿਨ ਦਾ ਨਹੀਂ ਰਹਿ ਰਿਹਾ ਸੀ, ਮੈਂ ਤਕਰੀਬਨ 2014 ਦਾ ਰਹਿ ਰਿਹਾ ਸੀ, ਉੱਥੇ 2 ਇਲੈਕਸ਼ਨਾਂ 3 ਇਲੈਕਸ਼ਨਾਂ ਮੈਂ ਲੜ ਲਈਆਂ ਸੀ। ਅਤੇ ਇਸ ਵਾਰ ਇਹਨਾਂ ਨੇ ਉਹਨੂੰ ਇੱਕਦਮ ਕੈਂਸਲ ਕਰਕੇ ਮੇਰੇ ਉੱਤੇ ਇਹ ਕਰਤਾ ਵੀ ਇਹ ਘਰ ਰਾਤੋਂ ਰਾਤ ਛੱਡ ਕੇ ਬਾਹਰ ਨਿਕਲੋ, ਅਤੇ 2 ਕਰੋੜ ਰੁਪਈਆ ਮੇਰੇ 'ਤੇ ਜਿਹੜਾ ਵਾਈਟ ਦਾ ਉਹ ਦੇਣਾ ਪਊਗਾ 10 ਵਜੇ ਤੱਕ, ਨਹੀਂ ਤੁਹਾਡੇ ਕਾਗਜ਼ ਰੱਦ ਹੋ ਜਾਣਗੇ। ਚਲੋ ਮੈਂ ਤਾਂ 2 ਕਰੋੜ ਰੁਪਈਆ ਵਾਈਟ ਦਾ ਭਰਤਾ, ਮੇਰੇ ਬਥੇਰੇ ਮੇਰੇ ਚਾਹੁਣ ਵਾਲੇ ਨੇ, ਪਿਆਰ ਕਰਨ ਵਾਲੇ ਆ, ਅਤੇ ਘਰ ਵੀ ਉਦੋਂ ਹੀ ਛੱਡ ਕੇ ਚਲੇ ਗਏ ਬਥੇਰੇ। ਕੋਈ ਘਰਾਂ ਦੀ ਕੋਈ ਕਮੀ ਥੋੜ੍ਹੀ ਸੀ, ਉਹ ਤਾਂ ਸਿਕਿਉਰਿਟੀ ਕਰਕੇ ਸਰਕਾਰੀ ਘਰ ਸੀ, ਨਹੀਂ ਘਰਾਂ ਦੀ ਕਮੀ ਹੈ। ਹੁਣ ਗੱਲ ਇਹ ਹੋਈ, ਅੱਜ ਮੈਂ ਸੋਚ ਰਿਹਾ ਸੀ, ਮੈਂ ਕਿਹਾ ਦੇਖੋ ਕਿਵੇਂ ਇਹ ਸਮਾਂ ਬਦਲਦਾ ਹੈ। ਅੱਜ ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ, ਰਾਘਵ ਚੱਡਾ ਅਤੇ ਆਮ ਆਦਮੀ ਪਾਰਟੀ ਨੂੰ, ਹੁਣ ਤੁਹਾਡਾ ਕੀ ਬਣੂ, ਹੁਣ ਕਾਲੀਆ ਤੁਹਾਡਾ ਕੀ ਬਣੂ, ਜਿਵੇਂ ਉਹ ਕਹਿੰਦੇ ਆ ਨਾ ਡਾਇਲੋਗ। ਇਹਨਾਂ ਨੇ, ਮੈਂ ਪੜ੍ਹ ਰਿਹਾ ਸੀ, ਇਹਨਾਂ ਨੇ ਕਿਹਾ ਸੀ ਵੀ ਅਸੀਂ ਬਿਲਕੁਲ ਜਦੋਂ ਸਰਕਾਰ 'ਚ, ਅਸੀਂ ਤਾਂ ਸਰਕਾਰੀ ਘਰਾਂ 'ਚ ਜਾਵਾਂਗੇ ਨਹੀਂ, ਸਾਨੂੰ ਕੋਈ ਸਿਕਿਉਰਿਟੀ ਦੀ ਲੋੜ ਨਹੀਂ, ਸਾਨੂੰ ਬਿਲਕੁਲ ਕਿਸੇ ਵੀ ਜਿਹੜਾ ਹੈ ਉਹ
ਜਿਹੜੀ ਸ਼ਾਨੋ ਸ਼ੌਕਤ ਜਾਂ ਜੋ ਵੀ ਇਹ ਚੀਜ਼ਾਂ ਸੀ, ਬਿਲਕੁਲ ਕਦੇ ਵੀ ਇਹ 2013 'ਚ ਇਲੈਕਸ਼ਨਾਂ 'ਚ ਆ ਮੈਂ ਪੜ੍ਹ ਰਿਹਾ, ਇਹ ਇਹਨਾਂ ਦੇ ਪ੍ਰੋਮਿਸ ਸੀ। ਨੋ ਸਿਕਿਉਰਿਟੀ, ਉਹ ਆਮ ਆਦਮੀ ਕੇਜਰੀਵਾਲ, ਨੋ ਬੰਗਲੋਸ, ਨੋ ਕੋਠੀਆਂ, ਨੋ ਲਾਲ ਬੱਤੀ, ਕੋਈ ਵੀ, ਬਿਲਕੁਲ ਅਸੀਂ ਜਿਹੜਾ ਨੋ VIP ਕਲਚਰ, ਅਸੀਂ ਸਾਰਾ ਕੁਛ ਇਹ ਗੱਲਾਂ ਕਰਾਂਗੇ। ਅੱਜ ਹਾਲਾਤ ਦੇਖੋ, ਪਹਿਲਾਂ ਮੈਂ ਇਹ ਦੱਸਦਾ ਜਿਹੜੇ ਇਹਨਾਂ ਦੇ ਡਿਪਟੀ ਮੁੱਖ ਮੰਤਰੀ ਸੀ, ਕੀ ਨਾਂ ਸੀ ਉਹਨਾਂ ਦਾ, ਮਨੀਸ਼ ਸਿਸੋਦੀਆ ਜੀ, ਉਹ ਜਨਾਬਿਆਲੀ ਜਿੱਦਣ ਜੇਲ੍ਹ ਚਲੇ ਗਏ, ਉਦੋਂ ਬਾਅਦ ਉਹਨਾਂ ਨੇ ਡਿਪਟੀ ਮੁੱਖ ਮੰਤਰੀ ਤੋਂ ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਉਦਣ ਦੇ ਉਹ ਆਪਣਾ ਘਰ ਨਹੀਂ ਛੱਡੇ, ਦੇਖੋ ਪਿਆਰ ਸਰਕਾਰੀ ਘਰਾਂ ਨਾਲ ਕਿੰਨਾ ਹੈ। ਉਦਣ ਦਾ ਜਿਹੜੀ ਅੱਜ ਦੇ ਮੁੱਖ ਮੰਤਰੀ ਨੇ, ਕੀ ਨਾਂ ਉਹਨਾਂ ਦਾ, ਆਤਸ਼ੀ ਦੇ ਨਾਂ ਤੇ ਉਹਨਾਂ ਦੇ ਮਕਾਨ ਕਰਾ ਕੇ ਉਹਨਾਂ ਦੇ ਤੇ ਰਹਿੰਦੇ ਰਹੇ ਆ ਜਿੰਨਾ ਚਿਰ ਵੀ ਉਹ ਜੇਲ੍ਹ 'ਚ ਰਹੇ। ਇੰਨਾ ਪਿਆਰ, ਇੰਨਾ ਸੁੱਖ ਸਹੂਲਤਾਂ ਦੀ ਆਦਤ, ਡਿਪਟੀ CM ਦਾ ਅਸਤੀਫਾ, ਉਹਨਾਂ ਦਾ ਮਕਾਨ ਜਿਹੜਾ ਆਤਸ਼ੀ, ਜਿਹੜੇ ਅੱਜ ਦੇ ਮੁੱਖ ਮੰਤਰੀ ਆ, ਉਹਨਾਂ ਦੇ ਨਾਂ ਤੇ ਉਹ 19 ਮਹੀਨੇ ਰਹੇ ਆ।